ਸਿੱਧੂ ਮੂਸੇਵਾਲਾ ਦਾ ਗੀਤ ਸਟੇਜ ਤੇ ਨਾ ਗਾਉਣ ਕਰਕੇ ਹੋਏ ਵਿਵਾਦ ਤੇ ਮਨੀ ਲੌਂਗੀਆ ਨੇ ਮਾਫੀ ਮੰਗ ਕੇ ਇਹ ਸਾਰੀ ਕੰਟਰੋਵਰਸੀ ਖਤਮ ਕਰ ਦਿੱਤੀ ਸੀ। ਪਰ ਹੁਣ ਮਨੀ ਲੌਂਗੀਆ ਦੀ 2023 ਵਿੱਚ ਲਗਾਏ ਇੱਕ ਲਾਈਵ ਸ਼ੋਅ ਦੀ ਵੀਡੀਓ ਕਲਿੱਪ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਨੀ ਲੌਂਗੀਆ ਸਿੱਧੂ ਮੂਸੇਵਾਲਾ ਦਾ 295 ਗੀਤ ਗਾ ਰਿਹਾ ਹੁੰਦਾ ਹੈ। ਇਸ ਕਲਿੱਪ ਨੂੰ ਇਸ ਕਰਕੇ ਵੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਕਿਉਂਕਿ ਮਨੀ ਲੌਂਗੀਆ ਨੇ ਲਾਈਵ ਆ ਕੇ ਕਿਹਾ ਸੀ ਕਿ ਨਾ ਮੈਨੂੰ ਸਿੱਧੂ ਮੂਸੇਵਾਲਾ ਦੇ ਗੀਤ ਆਉਂਦੇ ਅਤੇ ਨਾ ਹੀ ਮੈਂ ਕਦੀ ਸਟੇਜ 'ਤੇ ਹੋਰ ਸਿੰਗਰ ਦਾ ਗੀਤ ਗਾਉਂਦਾ। ਤੁਸੀਂ ਵੀ ਦੇਖੋ ਪਹਿਲਾਂ ਮਨੀ ਲੌਂਗੀਆ ਦੀ ਹੋਣ ਦੀ ਵੀਡੀਓ ਅਤੇ ਫਿਰ ਲਾਈਵ ਸ਼ੋਅ ਦੀ ਵੀਡੀਓ। ਮਾਂ ਵੀਰੇ, ਨਾ ਤਾਂ ਮੈਂ ਸਿੱਧੂ ਮੂਸੇਵਾਲਾ ਹਾਂ, ਨਾ ਮੈਨੂੰ ਵੀਰੇ ਦੇ ਗਾਣੇ ਆਉਂਦੇ ਆ, ਮੈਂ ਕਦੇ ਗਾਏ ਨਹੀਂ ਉਹਦੇ ਗਾਣੇ, ਮੈਨੂੰ ਆਉਂਦੇ ਨਹੀਂ। ਹਾਂ, ਮੈਂ ਬਹੁਤ ਰਿਸਪੈਕਟ ਕਰਦਾ ਬਾਈ ਦੀ। ਪਹਿਲਾਂ ਮੈਨੂੰ ਇਹ ਦੱਸੋ ਇਹਦੇ 'ਚ ਗਲਤ ਕੀ ਆ ਕਿ ਵੀਰੇ ਨਾ ਮੈਂ ਸਿੱਧੂ ਦਾ ਸਿੱਧੂ ਦੇ ਗਾਣੇ ਨਾ ਮੈਨੂੰ ਆਉਂਦੇ ਆ ਵੀਰੇ, ਨਾ ਮੈਂ ਸਿੱਧੂ ਬਾਈ ਦਾ ਗਾਣਾ, ਨਾ ਮੈਂ ਕਿਸੇ ਦਾ ਗਾਣਾ ਗਾਉਣਾ ਆ। ਉੱਥੇ ਬਦਨਾਮੀ ਹਾਈ ਰੇਟ ਮਿਲੂਗੀ, ਨਿਤ ਕੰਟਰਵਰਸੀ ਕਰੇਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਉਹ ਸੱਚ ਬੋਲੇਗਾ ਤਾਂ ਮਿਲੂ ਤੋਂ ਸੋ। ਲਾਈਵ ਸ਼ੋਅ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਨੀ ਲੌਂਗੀਆ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਵਾਰ ਫਿਰ ਆਪਣਾ ਪੱਖ ਰੱਖਿਆ ਹੈ। ਮਨੀ ਲੌਂਗੀਆ ਨੇ ਲਿਖਿਆ ਕਿ ਇਹ ਵੀਡੀਓ ਲਾਸਟ ਈਅਰ ਦੀ ਮੈਲਬੋਰਨ ਸ਼ੋਅ ਦੀ ਹੈ। ਇੱਥੇ ਮੈਂ ਸਿੱਧੂ ਬਾਈ ਦਾ ਗਾਣਾ ਗਾਇਆ ਸੀ ਇੱਕ ਵੀਰ ਦੇ ਕਹਿਣ 'ਤੇ ਗਾਣਾ ਗਾ ਕੇ ਮੈਂ ਇੱਕ ਗੱਲ ਕਹੀ ਸੀ ਕਿ ਚਾਹੇ ਹੋਰ ਕਿਸੇ ਸਿੰਗਰ ਨੂੰ ਸੁਣਿਓ ਜਾਂ ਨਾ ਸੁਣਿਓ, ਪਰ ਸਮਾਂ ਬੀਤਣ ਦੇ ਨਾਲ ਨਾਲ ਕਿਤੇ ਸਿੱਧੂ ਨੂੰ ਨਾ ਭੁੱਲ ਜਾਇਓ। ਜੇ ਕਿਸੇ ਕੋਲ ਉਹ ਵੀਡੀਓ ਹੋਵੇ ਤਾਂ ਜ਼ਰੂਰ ਦੇਖਿਓ। ਅਤੇ ਉਦੋਂ ਮੈਨੂੰ ਇਹ ਗਾਣਾ ਗਾਉਣ 'ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਮੈਸੇਜ ਆਏ ਸੀ ਕਿ ਸਿੱਧੂ ਬਾਈ ਦੇ ਗਾਣੇ ਗਾ ਕੇ ਤੁਸੀਂ ਰੋਟੀਆਂ ਕਮਾਉਂਦੇ ਹੋ, ਫਿਰ ਬਾਈ ਤੁਸੀਂ ਉੱਧਰ ਵੀ ਨਹੀਂ ਟਿਕਣ ਦਿੰਦੇ ਬੰਦੇ ਨੂੰ, ਕੋਈ ਕਰੇ ਤਾਂ ਕੀ ਕਰੇ, ਸਿੱਧੂ ਬਾਈ ਬੈਸਟ ਸੀ ਅਤੇ ਬੈਸਟ ਹੀ ਰਹਿਣਾ, ਤੁਸੀਂ ਹਰ ਬੰਦੇ ਦੇ ਕੰਮ ਨੂੰ ਉਸ ਨਾਲ ਕਿਉਂ ਕੰਪੇਅਰ ਕਰਦੇ ਹੋ, ਹਰ ਬੰਦਾ ਆਪਣੀ ਮਿਹਨਤ ਕਰਕੇ ਉੱਠਦਾ ਬਾਈ, ਕਈ ਸਰਦਾਰ ਪੂਰੇ ਦਮਾਲਿਆਂ ਵਾਲੇ ਵੀ ਗਾਲਾਂ ਕੱਢੀ ਜਾਂਦੇ ਨੇ। ਮੈਂ ਸਿਰਫ ਇੰਨਾ ਕਿਹਾ ਸੀ ਕਿ ਮੈਂ ਸਿੱਧੂ ਦਾ ਗਾਣਾ ਨਹੀਂ ਗਾਉਣਾ, ਇਸ 'ਚ ਸਿੱਧੂ ਬਾਈ ਨੂੰ ਕੀ ਗਲਤ ਬੋਲਤਾ ਦੱਸੋ। ਮੈਂ ਫਿਰ ਵੀ ਹੱਥ ਜੋੜ ਕੇ ਮਾਫ਼ੀ ਮੰਗੀ। ਬਾਕੀ ਜਿਹੜੇ ਸਿੰਗਰਾਂ ਦੇ ਆਡੀਅੰਸ ਨੇ ਨਾਮ ਲਿੱਤੇ ਉਹਨਾਂ ਨੂੰ ਮੈਂ ਕਿਹਾ ਕਿ ਜੇ ਉਹਨਾਂ ਨੂੰ ਸੁਣਨਾ ਫਿਰ ਉਹਨਾਂ ਨੂੰ ਹੀ ਸੱਦ ਲਿਆ ਕਰੋ। ਜੋ ਬੰਦਾ ਦੁਨੀਆ 'ਤੇ ਹੈ ਨਹੀਂ, ਜਿਸ ਨੂੰ ਲੋਕ ਜਾਣ ਤੋਂ ਜ਼ਿਆਦਾ ਪਿਆਰ ਕਰਦੇ ਹਨ, ਮੈਂ ਉਸ ਨੂੰ ਗਲਤ ਕਿਵੇਂ ਬੋਲ ਸਕਦਾ ਹਾਂ, ਉਹ ਵੀ ਸਟੇਜ 'ਤੇ। ਸੋ ਬਾਈ ਮੈਨੂੰ ਕੰਮ ਕਰਨ ਦਿਓ, ਮੈਂ ਵੀ ਆਪਣੇ ਪਰਿਵਾਰ 'ਚੋਂ ਇਕੱਲਾ ਬੰਦਾ ਕੰਮ ਕਰਨ ਵਾਲਾ। ਗੁਰੂ ਪਾਸਾ ਜੀ 98760 44453।